ਅੱਜ ਸਾਡੇ ਨਾਲ ਹਨ ਵਿਸ਼ਵ ਪ੍ਰਸਿੱਧ ਆਯੁਰਵੈਦਿਕ ਚਿਕਿਤਸਕ ਡਾਕਟਰ ਨਵਦੀਪ ਸ਼ਰਮਾ, ਜਿਨ੍ਹਾਂ ਦੇ ਯੋਗਦਾਨ ਨਾਲ ਵਿਸ਼ਵ ਭਰ ਵਿੱਚ ਕਿਡਨੀ, ਹੈਪੇਟਾਈਟਿਸ, HIV ਅਤੇ ਕਈ ਹੋਰ ਖਤਰਨਾਕ ਬਿਮਾਰੀਆਂ ਨਾਲ ਲੜ ਰਹੇ ਲੋਕਾਂ ਨੂੰ ਇਹਨਾਂ ਬਿਮਾਰੀਆਂ ਨਾਲ ਲੜਨ ਦੀ ਉਮੀਦ ਮਿਲੀ ਅਤੇ ਲੱਖਾਂ ਲੋਕ ਇਹਨਾਂ ਲਾਇਲਾਜ ਬਿਮਾਰੀਆਂ ਤੋਂ ਰਾਹਤ ਪਾ ਰਹੇ ਹਨ। ਇਹ ਇੱਕ ਪੰਚਕਰਮਾ ਆਯੁਰਵੇਦ ਦੀ ਅਜਿਹੀ ਚਿਕਿਤਸਾ ਹੈ ਜਿਸ ਨੂੰ ਸ਼ੋਧਨ ਚਿਕਿਤਸਾ ਵੀ ਕਿਹਾ ਜਾਂਦਾ ਹੈ, ਜਿਸ ਚਿਕਿਤਸਾ ਨਾਲ ਸਰੀਰ ਵਿੱਚੋਂ ਦੋਸ਼ਾਂ ਤੇ ਰੋਗਾਂ ਨੂੰ ਜੜ ਤੋਂ ਕੱਟਿਆ ਜਾਂਦਾ ਹੈ। ਇਸ ਵਿੱਚ ਸਾਡੇ ਦਿੱਲੀ ਸਥਿਤ ਡਾਕਟਰ ਨਵਦੀਪ ਸ਼ਰਮਾ ਦੀ ਅਗਵਾਈ ਵਿੱਚ ਚੱਲ ਰਹੇ ਐਂਡੀਕੇਅਰ ਨਿਰੋਗਮ ਪੰਚਕਰਮਾ ਸੈਂਟਰ ਵਿੱਚ ਹੇਠ ਲਿਖੇ ਵਿਸ਼ਿਆਂ ਨਾਲ ਇਹਨਾਂ ਖਤਰਨਾਕ ਬਿਮਾਰੀਆਂ ਨੂੰ ਸਰੀਰ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਪ੍ਰੀਤ ਅਤੇ ਮੈਂ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋਅ ਹੈਲਥ ਪਲੱਸ, ਅਤੇ ਇਸ ਸ਼ੋਅ ਦੇ ਵਿੱਚ ਅਸੀਂ ਜਿਵੇਂ ਕਿ ਗੱਲ ਕਰਦੇ ਤੁਹਾਡੀ ਹੈਲਥ ਨੂੰ ਲੈ ਕੇ, ਪਿਛਲੇ ਕੁਝ ਐਪੀਸੋਡਸ ਦੇ ਵਿੱਚ ਅਸੀਂ ਮੇਜਰ ਜਿਹੜੀਆਂ ਡਿਸੀਜ਼ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ, ਕਿਡਨੀ ਨੂੰ ਲੈ ਕੇ ਗੱਲਬਾਤ ਕੀਤੀ ਹੈ, ਕਾਲਾ ਪੀਲੀਆ ਦੀ ਗੱਲਬਾਤ ਹੋਈ ਹੈ, ਕਿ ਆਯੁਰਵੈਦ ਤਰੀਕੇ ਦੇ ਨਾਲ ਕਿਸ ਤਰ੍ਹਾਂ ਇਹਨਾਂ ਸਾਰੀਆਂ ਬਿਮਾਰੀਆਂ ਦਾ ਜਿਹੜਾ ਟ੍ਰੀਟਮੈਂਟ ਆ ਉਹ ਸੰਭਵ ਹੈਗਾ। ਅਤੇ ਅੱਜ ਫਿਰ ਤੋਂ ਕਿਸੇ ਹੋਰ ਬਿਮਾਰੀ ਬਾਰੇ ਅਸੀਂ ਡਿਸਕਸ ਕਰਾਂਗੇ, ਕਿਸੇ ਹੋਰ ਚੀਜ਼ ਬਾਰੇ ਅਸੀਂ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਆਯੁਰਵੈਦ ਕੰਮ ਕਰਦਾ ਹੈਗਾ, ਕਿਸ ਤਰ੍ਹਾਂ ਉਹਦਾ ਟ੍ਰੀਟਮੈਂਟ ਹੁੰਦਾ, ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਹੁੰਦਾ, ਅਤੇ ਸਾਰਾ ਕੁਝ ਸਾਨੂੰ ਦੱਸਣਗੇ ਡਾਕਟਰ ਨਵਦੀਪ ਸ਼ਰਮਾ ਜੀ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ, ਜੋ ਨਵੀਂ ਆਡੀਅੰਸ ਸਾਡੇ ਨਾਲ ਜੁੜੀ ਉਹਨਾਂ ਨੂੰ ਦੱਸ ਦਈਏ ਕਿ ਵਿਸ਼ਵ ਪ੍ਰਸਿੱਧ ਆਯੁਰਵੈਦਿਕ ਸਪੈਸ਼ਲਿਸਟ ਨੇ, ਹਾਈਲੀ ਕੁਆਲੀਫਾਈਡ ਨੇ, PhD ਕੀਤੀ ਹੋਈ ਹੈ ਇਹਨਾਂ ਨੇ, ਅਤੇ ਨਾਲ ਦੀ ਨਾਲ 21 ਸਾਲ ਹੋ ਗਏ ਨੇ, ਬਹੁਤ ਲੰਬਾ ਟਾਈਮ ਹੋ ਜਾਂਦਾ ਹੈ, 21 ਸਾਲਾਂ ਦਾ ਐਕਸਪੀਰੀਅੰਸ ਹੈਗਾ ਇਹਨਾਂ ਨੂੰ, ਇਹ ਨਹੀਂ ਕਿ ਛੋਟੀਆਂ ਮੋਟੀਆਂ ਬਲਕਿ ਕ੍ਰਿਟੀਕਲ ਡਿਸੀਜ਼ 'ਤੇ ਹਮੇਸ਼ਾ ਇਹ ਕੰਮ ਕਰਦੇ ਨੇ, ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਜਿਹੜਾ ਕਰਦੇ ਨੇ। 31 ਸੈਂਟਰ ਨੇ ਇਹਨਾਂ ਦੇ ਇੰਡੀਆ ਦੇ ਵਿੱਚ ਵੀ ਨੇ, ਸੋ ਐਬਰੋਡ ਦੇ ਵਿੱਚ USA ਦੀ ਗੱਲ ਕੀਤੀ ਜਾਵੇ ਉੱਥੇ ਵੀ ਨੇ, ਕੈਲੀਫੋਰਨੀਆ ਦੇ ਵਿੱਚ ਹੈ, ਨਿਊਯਾਰਕ ਦੇ ਵਿੱਚ ਹੈ, ਐਰੀਜ਼ੋਨਾ ਦੇ ਵਿੱਚ, ਸਿਆਟਲ ਦੇ ਵਿੱਚ, ਹਰ ਜਗ੍ਹਾ 'ਤੇ ਇਹਨਾਂ ਦੇ ਸੈਂਟਰਸ ਨੇ। ਸੋ ਜਿਹੜੇ USA ਦੇ ਵਿਅਰਸ ਨੇ, ਤੁਸੀਂ ਉੱਥੇ ਇਹਨਾਂ ਦੇ ਸੈਂਟਰਸ ਦੇ ਵਿੱਚ ਪਹੁੰਚ ਸਕਦੇ ਹੋ, ਬਾਕੀ ਜੇ ਤੁਸੀਂ ਇੰਡੀਆ ਆ ਰਹੇ ਹੋ ਤਾਂ ਬੈਟਰ ਹੈ, ਨਹੀਂ ਤਾਂ ਕੋਈ ਕਾਲ ਕਰਕੇ ਜਿਹੜਾ ਆ ਤੁਸੀਂ ਉਹ ਇਨਫੋਰਮੇਸ਼ਨ ਹਾਸਿਲ ਕਰ ਸਕਦੇ ਹੋ। ਬਾਕੀ ਜੇਕਰ ਤੁਹਾਡਾ ਕੋਈ ਆਪਣਾ ਇੰਡੀਆ ਦੇ ਵਿੱਚ ਰਹਿੰਦਾ, ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ, ਇਲਾਜ ਮਹਿੰਗੇ ਮਹਿੰਗੇ ਕਰਵਾ ਲਏ ਨੇ, ਥੱਕ ਚੁੱਕੇ ਨੇ, ਟ੍ਰੀਟਮੈਂਟ ਹੋ ਨਹੀਂ ਪਾ ਰਿਹਾ, ਬਿਮਾਰੀ ਜਾ ਨਹੀਂ ਰਹੀ, ਬਸ ਪੈਸੇ ਦੇ ਪੈਸੇ ਲੱਗ ਰਹੇ ਨੇ, ਤਦ ਵੀ ਤੁਸੀਂ ਇਹਨਾਂ ਦੇ ਕੋਲ ਆ ਸਕਦੇ ਹੋ। ਨੰਬਰ ਲਗਾਤਾਰ TV ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਕਾਲ ਕਰਨੀ ਹੈ, ਆਪਣੀ ਪ੍ਰੋਬਲਮ ਜਿਹੜੀ ਉਹ ਡਿਸਕਸ ਕਰਨੀ ਹੈ। ਬਾਕੀ ਜੇਕਰ ਕਿਸੇ ਸੈਂਟਰ ਦੇ ਵਿੱਚ ਵਿਜ਼ਿਟ ਕਰਨਾ, ਉਹਦਾ ਐਡਰੈਸ ਲੈ ਲਓ। ਬਾਕੀ ਦੱਸ ਦਈਏ ਕਿ 24/7 ਇਹ ਨੰਬਰ ਅਵੇਲੇਬਲ ਹੈਗੇ ਨੇ, ਸ਼ੋਅ ਚੱਲ ਰਿਹਾ ਹੁਣ ਵੀ ਕਾਲ ਕਰ ਸਕਦੇ ਹੋ, ਉਸ ਤੋਂ ਬਾਅਦ ਵੀ ਕਿਸੇ ਵੇਲੇ ਵੀ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਤੁਸੀਂ ਕਾਲ ਕਰ ਸਕਦੇ ਹੋ। ਸੋ ਵੈਲਕਮ ਕਰਦੇ ਹਾਂ ਆਪਾਂ, ਵੈਲਕਮ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਜਿਵੇਂ ਕਿ ਅਸੀਂ ਆਡੀਅੰਸ ਨੂੰ ਲਾਸਟ ਐਪੀਸੋਡ ਦੇ ਵਿੱਚ ਵੀ ਦੱਸਿਆ ਸੀਗਾ ਕਿ ਸਪੈਸ਼ਲੀ ਤੁਸੀਂ ਆਊਟਡੋਰ ਟ੍ਰੀਟਮੈਂਟ ਤਾਂ ਕਰਦੇ ਹੋ, ਇਨਡੋਰ ਟ੍ਰੀਟਮੈਂਟ ਵੀ ਕੀਤਾ ਜਾਂਦੇ ਨੇ, ਬਹੁਤ ਅੱਛੇ ਸੈਂਟਰਸ ਨੇ ਇਹਨਾਂ ਦੇ ਜਿੱਥੇ ਕਿ ਇਨਡੋਰ ਪ੍ਰੋਪਰ ਅੱਛੇ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ ਹੈ। ਸੋ ਲਾਸਟ ਐਪੀਸੋਡ ਦੇ ਵਿੱਚ ਤੁਸੀਂ ਦੱਸਿਆ ਸੀ ਕਿ ਕੀ ਫੈਸਿਲਿਟੀਜ਼ ਜਿਹੜੀਆਂ ਆਡੀਅੰਸ ਨੂੰ, ਜਿਹੜਾ ਵੀ ਪੇਸ਼ੈਂਟ ਆਉਂਦਾ ਹੈਗਾ, ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ। ਉਹਨਾਂ ਦੇ ਵਿੱਚੋਂ ਇੱਕ ਸੀਗਾ ਪੰਚਕਰਮਾ, ਹੈ ਨਾ, ਪੰਚਕਰਮਾ ਜਿਹੜੀ ਡਿਸੀਜ਼ ਦੇ ਲਈ, ਜਿਹੜੀਆਂ ਵੀ ਡਿਸੀਜ਼ ਦੇ ਲਈ ਇਹ ਟ੍ਰੀਟਮੈਂਟ ਦਿੱਤਾ ਜਾਂਦਾ ਹੈ। ਸੋ ਪੰਚਕਰਮਾ ਬਾਰੇ ਪਹਿਲਾਂ ਤੁਸੀਂ ਸਾਡੀ ਆਡੀਅੰਸ ਨੂੰ ਸਮਝਾਓ, ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਕੀ ਹੈ, ਕੀ ਵੈਸੇ ਪੰਚਕਰਮਾ। ਦੇਖੋ, ਅੱਜ ਦੀ ਡੇਟ 'ਚ ਪੰਚਕਰਮਾ ਇੱਕ ਨਵਾਂ ਵਰਡ ਸਾਰਿਆਂ ਨੂੰ ਲੱਗਦਾ ਵੈ। ਪੰਚਕਰਮਾ ਜਿਵੇਂ ਕਿ ਨਾਮ ਤੋਂ ਹੀ ਸਾਨੂੰ ਪਤਾ ਚੱਲ ਰਿਹਾ, ਪੰਚਕਰਮਾ ਮਤਲਬ ਪੰਜ ਮੇਨ ਕਰਮ। ਅਸਲ 'ਚ ਅਗਰ ਆਪਾਂ ਡਿਟੇਲਸ ਜਾਈਏ ਤਾਂ ਵਮਨ, ਦੈਟ ਇਜ਼ ਮੈਡੀਕੇਟਿਡ MSS ਥੈਰੇਪੀ, ਵਿਰੇਚਨ, ਦੈਟ ਇਜ਼ ਮੈਡੀਕੇਟਿਡ ਪਰਗੇਸ਼ਨ ਥੈਰੇਪੀ, ਦੈਨ ਆਸਥਾਪਨ ਅਨੁਵਾਸਨ,
ਵਸਤੀਆਂ ਨੇ ਮੈਡੀਕੇਟਡ ਐਨੀਮਾਸ ਨੇ ਦੈਨ ਸ਼ੀਰੋ ਵਿਰੇਚਨ ਜਿਹਨੂੰ ਕਿ ਨਸੇ ਕਿਹਾ ਜਾਂਦਾ ਹੈ ਨੋਜ਼ ਦੇ ਥਰੂ ਓਇਲਸ ਮੈਡੀਕੇਟਡ ਓਇਲਸ ਨੂੰ ਭੇਜਣਾ ਐਂਡ ਰਕਤ ਮੋਕਸ਼ਨ ਦੈਟ ਇਜ਼ ਬਲੱਡ ਲੈਟਿੰਗ ਥੈਰੇਪੀ ਇਹ ਮੇਜਰ ਪ੍ਰਕਿਰਿਆਵਾਂ ਨੇ ਪੰਚਕਰਮਾਂ ਦੀਆਂ ਇਹ ਟੈਕਨੀਕੈਲਿਟੀਜ਼ ਨੇ ਅਗਰ ਮੈਂ ਨੋਨ ਟੈਕਨੀਕਲ ਤਰੀਕੇ ਦੇ ਵੱਲ ਜਾਵਾਂ ਤਾਂ ਇਹ ਆਯੁਰਵੇਦ ਦੀ ਉਹ ਵਿਧੀ ਹੈ ਜਿਹਦੇ ਰਾਹੀਂ ਸਰੀਰ 'ਚ ਜਿਹੜੇ ਇਕੱਠੇ ਹੋ ਰਹੇ ਦੋਸ਼ ਨੇ ਉਹ ਟੋਕਸਿਨਸ ਨੇ ਜਿਹੜੇ ਜਿਹਨੂੰ ਆਪਾਂ ਕਹੀਏ ਅਗਰ ਐਲੋਪੈਥੀਕਲੀ ਉਹਨਾਂ ਟੋਕਸਿਨਸ ਨੂੰ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਵਾ ਬਹੁਤ ਸਾਰੇ ਰੋਗ ਐਸੇ ਨੇ ਜਿਹਦੇ ਅੰਦਰ ਕਿ ਵਿਅਕਤੀ ਦੇ ਅੰਦਰ ਰੋਗ ਦਾ ਲੈਵਲ ਇੰਨਾ ਵੱਧ ਚੁੱਕਾ ਹੁੰਦਾ ਵਾ ਕਿ ਖਾਣ ਵਾਲੀ ਦਵਾਈਆਂ ਕੰਮ ਨਹੀਂ ਕਰ ਰਹੀਆਂ ਹੁੰਦੀਆਂ ਇਹ ਬਿਲਕੁਲ ਉਸ ਤਰ੍ਹਾਂ ਹੀ ਹੈ ਕਿ ਅੱਜ ਮੰਨ ਲਓ ਇੱਕ ਘੜਾ ਵੈ ਜਿਹੜਾ ਕਿ ਗੰਦੇ ਪਾਣੀ ਦਾ ਭਰਿਆ ਹੋਇਆ ਵੈ ਆਪਾਂ ਹੁਣ ਉਸ ਘੜੇ ਨੂੰ ਸਾਫ਼ ਪਾਣੀ ਨਾਲ ਭਰਨਾ ਚਾਹੁੰਦੇ ਹਾਂ ਆਪਾਂ ਕਿੰਨੇ ਵੀ ਪ੍ਰੈਸ਼ਰ ਨਾਲ ਪਾਣੀ ਕਿਉਂ ਨਾ ਪਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਆਲਰੇਡੀ ਉਹਦੇ 'ਚ ਗੰਦਾ ਪਾਣੀ ਭਰਿਆ ਵੈ ਉਹ ਪੂਰੀ ਤਰ੍ਹਾਂ ਨਾਲ ਸਾਫ਼ ਪਾਣੀ ਨਾਲ ਨਹੀਂ ਭਰ ਪਾਏਗਾ ਲੇਕਿਨ ਅਗਰ ਕਿਸੇ ਤਰੀਕੇ ਦੇ ਨਾਲ ਆਪਾਂ ਉਸ ਗੰਦੇ ਪਾਣੀ ਨੂੰ ਉਸ ਘੜੇ 'ਚੋਂ ਕੱਢ ਦਈਏ ਅਤੇ ਉਸ ਤੋਂ ਬਾਅਦ 'ਚ ਉਸ ਘੜੇ ਨੂੰ ਸਾਫ਼ ਕਰ ਦਈਏ ਹੁਣ ਅਗਰ ਆਪਾਂ ਬੜੇ ਸਲੋ ਪ੍ਰੈਸ਼ਰ ਦੇ ਨਾਲ ਵੀ ਪਾਣੀ ਪਾਵਾਂਗੇ ਅਤੇ ਉਹ ਘੜਾ ਜਿਹੜਾ ਵਾ ਸਾਫ਼ ਪਾਣੀ ਨਾਲ ਭਰ ਜਾਏਗਾ ਇਹੀ ਪੰਚਕਰਮਾ ਵੈ ਜਦੋਂ ਸਰੀਰ 'ਚ ਰੋਗ ਗੰਭੀਰ ਹੁੰਦੇ ਜਾਂਦੇ ਨੇ ਇਕੱਠੇ ਹੋ ਜਾਂਦੇ ਨੇ ਜਾਂ ਗੰਭੀਰ ਨਹੀਂ ਵੀ ਨੇ ਲੇਕਿਨ ਪੁਰਾਣੇ ਹੋ ਗਏ ਨੇ ਔਰ ਸਰੀਰ 'ਚ ਟੋਕਸਿਨਸ ਦਾ ਲੈਵਲ ਬੜਾ ਵੱਧ ਗਿਆ ਵੈ ਆਪਾਂ ਪੰਚਕਰਮਾ ਦੇ ਰਾਹੀਂ ਜਦੋਂ ਉਹਨਾਂ ਟੋਕਸਿਨਸ ਨੂੰ ਬਾਹਰ ਕੱਢ ਦਿੰਦੇ ਹਾਂ ਬਹੁਤ ਸਾਰੇ ਲੋਕ ਤਾਂ ਉਹ ਪੰਚਕਰਮਾ ਕਰਵਾਉਂਦੇ ਹੋਏ ਹੀ ਠੀਕ ਹੋ ਜਾਂਦੇ ਨੇ ਔਰ ਬਹੁਤ ਸਾਰੇ ਲੋਕਾਂ 'ਚ ਕਿਉਂਕਿ ਹੁਣ ਟੋਕਸਿਨਸ ਕੱਢਣ ਤੋਂ ਬਾਅਦ 'ਚੋਂ ਸਰੀਰ 'ਚ ਜਿਹੜੀਆਂ ਦਵਾਈਆਂ ਦੀ ਐਬਜ਼ੋਰਪਸ਼ਨ ਫੈਸਿਲਿਟੀ ਕਪੈਸਿਟੀ ਉਹ ਵੱਧ ਚੁੱਕੀ ਹੁੰਦੀ ਹੈ ਉਹ ਦਵਾਈਆਂ ਹੋਰ ਬਿਹਤਰ ਕੰਮ ਕਰਦੀਆਂ ਨੇ ਅਤੇ ਮਰੀਜ਼ ਜਿੰਨੇ ਕਿ ਮਹੀਨਿਆਂ 'ਚ ਠੀਕ ਹੋਣਾ ਹੁੰਦਾ ਉਹ ਦਿਨਾਂ 'ਚ ਠੀਕ ਹੋਣ ਲੱਗ ਪੈਂਦਾ ਇਸ ਕਰਕੇ ਪੰਚਕਰਮਾ ਜਿਹੜਾ ਉਹ ਆਯੁਰਵੇਦ ਦਾ ਇੱਕ ਬੜਾ ਹੀ ਬੇਸ ਔਰ ਇੱਕ ਬੜਾ ਮੇਜਰ ਪਾਰਟ ਹੈ ਜੀ ਜੀ ਸੋ ਜਿਹੜੀਆਂ ਕਿ ਖਾਸ ਕਰਕੇ ਪੰਚਕਰਮਾ ਜਦੋਂ ਅਸੀਂ ਕਿਸੇ ਨੂੰ ਵੀ ਇਹ ਵਾਲਾ ਟ੍ਰੀਟਮੈਂਟ ਦੇਣਾ ਹੈਗਾ ਪੰਚਕਰਮਾ ਕਿਸੇ ਨੇ ਕਰਵਾਉਣਾ ਆ ਅਤੇ ਮੇਜਰ ਡਿਸੀਜ਼ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਜਿਹਦੇ ਲਈ ਕਿਉਂਕਿ ਹਰ ਜੋ ਟ੍ਰੀਟਮੈਂਟ ਹੁੰਦਾ ਕੋਈ ਨਾ ਕੋਈ ਡਿਸੀਜ਼ ਹੁੰਦੀਆਂ ਨੇ ਜਿਹਨਾਂ ਦੇ ਲਈ ਉਹ ਖਾਸ ਜਿਹੜਾ ਉਹ ਪ੍ਰੋਫਿਟ ਦਿੰਦਾ ਹੈਗਾ ਸੋ ਜਿਹੜਾ ਪੰਚਕਰਮਾ ਇਹਦੇ ਲਈ ਮੇਜਰ ਡਿਸੀਜ਼ ਕਿਹੜੀਆਂ ਕਿਹੜੀਆਂ ਹੋਣ ਅਤੇ ਲੋਕਾਂ ਨੂੰ ਮਤਲਬ ਕਿ ਹੁਣ ਲੱਗਦਾ ਕਿ ਲੈ ਹੀ ਲੈਣਾ ਚਾਹੀਦਾ ਪੰਚਕਰਮਾ ਟ੍ਰੀਟਮੈਂਟ ਦੇਖੋ ਵੈਸੇ ਤਾਂ ਪੰਚਕਰਮਾ ਹਰ ਤਰ੍ਹਾਂ ਦੇ ਰੋਗ 'ਚ ਬੜਾ ਲਾਭਕਾਰੀ ਹੈ ਜੀ ਲੇਕਿਨ ਜਿਵੇਂ ਕਿ ਤੁਸੀਂ ਪੁੱਛਿਆ ਕੁਛ ਰੋਗ ਐਸੇ ਨੇ ਜਿਹਦੇ 'ਚ ਅਗਰ ਪੰਚਕਰਮਾ ਕਰਵਾਇਆ ਜਾਏ ਤਾਂ ਬਹੁਤ ਹੀ ਲਾਭ ਮਿਲਦਾ ਜਿਸ ਤਰ੍ਹਾਂ ਸਭ ਤੋਂ ਪਹਿਲੀ ਆ ਜਾਂਦੀ ਹੈ ਪਾਰਕਿੰਸੋਨਿਜ਼ਮ ਜਿਸ ਤਰ੍ਹਾਂ ਸਟ੍ਰੈਸ ਦਾ ਲੈਵਲ ਵਧਿਆ ਹੋਇਆ ਹੈ ਕੰਮ ਦਾ ਲੈਵਲ ਵਧਿਆ ਹੋਇਆ ਲੋਕਾਂ ਦੀ ਜਿਹੜੀ ਬ੍ਰੇਨ ਦੀ ਕੈਪੇਬਿਲਿਟੀ ਹੈ ਉਹ ਘਟੀ ਹੈ ਸਾਡੇ ਬ੍ਰੇਨ ਦੇ ਅੰਦਰ ਨਰਵਸ ਹੁੰਦੀਆਂ ਨੇ ਉਹ ਨਰਵਸ ਜਿਹੜੀਆਂ ਨੇ ਉਹ ਇੱਕ ਨਰਵ ਦੂਸਰੀ ਨਰਵ 'ਤੇ ਜਿਹੜਾ ਸਿਗਨਲ ਭੇਜਦੀ ਹੈ ਉਹ ਡੋਪਾਮੀਨ ਦੇ ਥਰੂ ਭੇਜਦੀ ਹੈ ਉਹ ਡੋਪਾਮੀਨ ਦਾ ਲੈਵਲ ਜਦੋਂ ਘੱਟ ਜਾਂਦਾ ਵਾ ਉਸ ਡਿਜ਼ੀਜ਼ ਨੂੰ ਕਹਿੰਦੇ ਨੇ ਪਾਰਕਿੰਸੋਨਿਜ਼ਮ ਇਹਦੇ 'ਚ ਜਿਹੜਾ ਪੇਸ਼ੈਂਟ ਹੈ ਉਹਦੇ ਹੱਥ ਪੈਰ ਕੰਬਦੇ ਨੇ ਉਹਨੂੰ ਚੱਲਣਾ ਮੁਸ਼ਕਿਲ ਹੋ ਜਾਂਦਾ ਔਰ ਐਕਸਟ੍ਰੀਮ ਸਟੇਜਿਸ ਦੇ ਅੰਦਰ ਅਤੇ ਪੇਸ਼ੈਂਟ ਨੂੰ ਕਈ ਵਾਰੀ ਨਿਗਲਣਾ ਵੀ ਔਖਾ ਹੋ ਜਾਂਦਾ ਵਾ ਇਸ ਡਿਜ਼ੀਜ਼ ਦੇ ਅੰਦਰ ਐਲੋਪੈਥੀ 'ਚ ਕੋਈ ਬਹੁਤਾ ਵਧੀਆ ਇਲਾਜ ਨਹੀਂ ਹੈ ਪਾਰਕਿੰਸਨਸ ਦੇ ਅੰਦਰ ਜਿਹੜੇ ਪੇਸ਼ੈਂਟਸ ਨੇ ਉਹ ਸਾਡੇ ਕੋਲ ਰਹਿ ਕੇ ਇਲਾਜ ਕਰਵਾਉਂਦੇ ਨੇ ਔਰ ਖਾਸ ਤੌਰ 'ਤੇ ਜਦੋਂ ਆਪਾਂ ਪੰਚਕਰਮਾ 'ਚ ਜਿਹੜੀਆਂ ਸ਼ਿਰੋਧਾਰਾ ਵਿਧੀ ਹੈ ਇੱਕ ਜਿਹੜੀ ਤੁਸੀਂ ਆਮ ਤੌਰ 'ਤੇ ਦੇਖਿਆ ਹੋਏਗਾ ਫੋਟੋਆਂ 'ਚ ਲੱਗਾ ਹੁੰਦਾ ਕਿ ਮਟਕੇ ਦੇ ਅੰਦਰੋਂ ਤੇਲ ਮੱਥੇ 'ਤੇ ਡਿੱਗ ਰਿਹਾ ਹੁੰਦਾ ਵਾ ਦੈਨ ਸ਼ਿਰੋਬਸਤੀ ਇੱਕ ਪ੍ਰੋਸੀਜਰ ਹੈ ਉਹਦੀ ਤੁਸੀਂ ਘੱਟ ਪਿਕਚਰਸ ਦੇਖੀਆਂ ਹੋਣਗੀਆਂ ਕਿਉਂਕਿ ਥੈਰਾਪੈਟਿਕ ਪ੍ਰੋਸੀਜਰ ਹੈ ਇੱਕ ਸ਼ਿਰੋਬਸਤੀ ਸ਼ਿਰੋਬਸਤੀ 'ਚ ਆਪਾਂ ਕੀ ਕਰਨਾ ਹੁੰਦਾ ਕਿ ਮਰੀਜ਼ ਦੇ ਸਿਰ ਦੇ ਉੱਪਰ ਇੱਕ ਸਪੈਸ਼ਲ ਮਾਸਕ ਦੇ ਰਾਹੀਂ 3 ਤੋਂ 4 ਲੀਟਰ ਮੈਡੀਕੇਟਡ ਓਇਲ ਇਕੱਠਾ ਕਰ ਦੇਣਾ ਹੁੰਦਾ ਵਾ ਦੈਨ ਇਸ ਤੋਂ ਬਾਅਦ ਆ ਜਾਂਦੀ ਹੈ ਅਸਥਾਪਨ ਵਸਤੀ ਅਨੁਵਾਸਨ ਵਸਤੀ ਇਹ 2 ਤਰ੍ਹਾਂ ਦੀ ਮੈਡੀਕੇਟਡ ਐਨੀਮਾਜ਼ ਨੇ ਇਹ ਜਦੋਂ ਆਪਾਂ ਪੇਸ਼ੈਂਟ 'ਚ ਕਰਦੇ ਹਾਂ ਤਾਂ ਪਾਰਕਿੰਸਨਸ ਦੇ ਪੇਸ਼ੈਂਟ ਕਰੀਬਨ 7 ਦਿਨ ਤੋਂ ਲੈ ਕੇ 21 ਦਿਨ ਤੀਕ ਅੰਦਰ ਸਟੇਅ ਦੇ ਅੰਦਰ ਜੋ ਸਾਡੇ ਕੋਲ ਰਹਿੰਦੇ ਨੇ ਪੇਸ਼ੈਂਟ ਕਾਫੀ ਇੰਪਰੂਵਮੈਂਟ ਲੈ ਕੇ ਸਾਡੇ ਕੋਲੋਂ ਜਾਂਦਾ ਵਾ ਪਾਰਕਿੰਸਨਸ ਤੋਂ ਬਾਅਦ ਜਿਹੜਾ ਦੂਜਾ ਡਿਜ਼ੀਜ਼ ਆ ਜਾਂਦਾ ਇਹਦੇ 'ਚ ਬਹੁਤ ਫਾਇਦਾ ਮਿਲਦਾ ਉਹ ਪੈਰਾਲਿਸਿਸ ਜਿਹਨੂੰ ਕਿ ਆਪਾਂ ਅਧਰੰਗ ਵੀ ਕਹਿ ਦਿੰਦੇ ਹਾਂ ਜਿਹਦੇ 'ਚ ਕਿ ਪੇਸ਼ੈਂਟ ਜਿਹੜਾ ਵਾ ਚੱਲੋਂ ਫਿਰਨੋਂ ਵੀ ਚਲੇ ਜਾਂਦਾ ਵਾ ਚਾਹੇ ਉਹ ਸਟ੍ਰੋਕ ਕਰਕੇ ਪੈਰਾਲਿਸਿਸ ਹੋਇਆ ਵਾ ਚਾਹੇ ਕਿਸੇ ਕਾਰਨ ਕਰਕੇ ਵੀ ਪੈਰਾਲਿਸਿਸ ਹੋਇਆ ਵਾ ਬੜੀ ਵਾਰੀ ਇਹ ਦੇਖਿਆ ਜਾਂਦਾ ਕਿ ਪੇਸ਼ੈਂਟ ਕੁਛ ਹੱਦ ਤੱਕ ਰਿਕਵਰ ਕਰ ਜਾਂਦੇ ਨੇ 20% 30% 40% ਉਸ ਤੋਂ ਅੱਗੇ ਉਹਨਾਂ ਦੀ ਰਿਕਵਰੀ ਰੁਕ ਜਾਂਦੀ ਹੈ ਉਹਨਾਂ ਸਟੇਜਿਸ ਦੇ ਅੰਦਰ ਵੀ ਪੇਸ਼ੈਂਟ ਜਦੋਂ ਸਾਡੇ ਕੋਲ ਲਿਆਏ ਜਾਂਦੇ ਨੇ ਤਾਂ ਬਹੁਤ ਵਾਰੀ ਪੇਸ਼ੈਂਟ ਨੂੰ ਲਿਆਇਆ ਜਾਂਦਾ ਵਾ ਲੇਕਿਨ ਉਹ ਆਪ ਚੱਲ ਕੇ ਜਾਂਦਾ ਵਾ ਇੱਕ ਐਸਾ ਡਿਜ਼ੀਜ਼ ਇਹਦੇ 'ਚ ਪੇਸ਼ੈਂਟਸ ਨੂੰ ਬਹੁਤ ਜਲਦੀ ਰਿਕਵਰੀ ਮਿਲਦੀ ਹੈ ਥਰਡ ਡਿਜ਼ੀਜ਼ ਜਿਹਦੇ 'ਚ ਬਹੁਤ ਫਾਇਦਾ ਹੈ ਪੰਚਕਰਮਾ ਦਾ ਉਹ ਹੈ ਕੈਂਸਰ ਦੇਖੋ ਕੈਂਸਰ ਦੇ ਰੋਗੀਆਂ ਨੂੰ ਆਮ ਤੌਰ 'ਤੇ ਕੀਮੋਥੈਰੇਪੀ ਰੇਡੀਓਥੈਰੇਪੀ ਇਹੀ ਇਕਲੌਤੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਸਹਾਰਾ ਵਾ ਆਯੁਰਵੇਦ 'ਚ ਵੀ ਜਦੋਂ ਇਲਾਜ ਕਰਵਾਉਣ ਉਹ ਆਉਂਦੇ ਨੇ ਨਾ ਆਯੁਰਵੇਦਿਕ ਡਾਕਟਰਸ ਨੂੰ ਬਹੁਤ ਜ਼ਿਆਦਾ ਉਮੀਦ ਹੁੰਦੀ ਹੈ ਪੇਸ਼ੈਂਟ ਦੇ ਠੀਕ ਹੋਣ ਨੂੰ ਅਤੇ ਮਰੀਜ਼ ਵੀ ਬੜੀ ਵਾਰੀ ਇਹੀ ਸੋਚ ਕੇ ਆਉਂਦਾ ਕਿ ਚਲੋ ਕੋਸ਼ਿਸ਼ ਕਰਕੇ ਦੇਖ ਲੈਂਦੇ ਹਾਂ ਉਹਨਾਂ ਪੇਸ਼ੈਂਟਸ 'ਚ ਵੀ ਜੇਕਰ ਆਪਾਂ ਮਰੀਜ਼ ਨੂੰ ਬਚਾਉਣਾ ਚਾਹੁੰਦੇ ਹਾਂ ਅਤੇ ਮਰੀਜ਼ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਨਹੀਂ ਹੋਇਆ ਆ ਅਗਰ ਪੰਚਕਰਮਾ ਕੀਤਾ ਜਾਂਦਾ ਤਾਂ ਪੇਸ਼ੈਂਟ ਨੂੰ ਬਹੁਤ ਲਾਭ ਮਿਲਦਾ ਕੈਂਸਰ ਦੇ ਪੇਸ਼ੈਂਟ 'ਚ ਆਪਾਂ ਸਥਾਪਨ ਵਸਤੀ ਅਨੁਵਾਸਨ ਵਸਤੀ ਦੈਨ ਰਕਤ ਮੋਕਸ਼ਨ ਜੇ ਲੋਕਾਂ ਲੀਚ ਥੈਰੇਪੀ ਜਿਹੜੀ ਹੈ ਉਹ ਕਰਦੇ ਹਾਂ ਬੜਾ ਫਾਇਦਾ ਮਿਲਦਾ
इस तो बाद डिप्रैशन मानसिक तनाव आज की डेट से सारियां नूं घेरे होया है और डिप्रैशन के करके लोग किन्नियां ही तरह दी एलोपैथिक दवाइया खा लेंदे ने दवाइया लग जांदियां पर डिप्रैशन नहीं जांदा। डिप्रैशन के पेशेंट नूं आपां अपने कोल रख के पंचकर्मा विधियां करदे हां उहदे नाल नाल पेशेंट नूं मैडिटेशन रेगूलरली करवाया जांदा बहुत ही वधिया लाभ करदा डिप्रैशन के केसिस दे अंदर भी पंचकर्मा। माइग्रेन कैंच एक छोटा जिहा डिजीज़ है लेकिन जिहनूं हुंदा वा उहनूं पता चलदा है कि बहुत ही सवीयर पेन हुंदी है। माइग्रेन के पेशेंट्स नूं आपां नस्से गरम शिरोधारा शिरोवस्ती इहो जिही प्रक्रियां करवाने हां पेशेंट कुछ देर वास्ते रुकदा साडे कोल बड़ा वधिया लाभ उहनूं मिलदा है। तो इस तरह के जिहड़े क्रिटिकल डिजीज़ ने जिहदे अंदर कि पेशेंट जिहड़ा वा उह दवाइयां खा खा के तंग हो चुका हुंदा वा उहदे च जिहड़े पेशेंट्स ने ज़्यादा करके साडे कोल रहिण वास्ते आउंदे ने और बड़ा ही लाभ मिलता है उन्होंने पेशेंट्स। सो बिल्कुल जी क्रिटिकल डिसीज़ की असी गल की है कैंसर की गल की है जो होर भी जड़िया भी इन्होंने दसिया है प्रॉब्लम्स आज के टाइम के बीमारियां इन वध गई ने अज के टाइम के लोगों लगता कि यदा ट्रीटमेंट एलोपैथिक दे विच तो सानू पता ही हैगा कि बहुत सारा पैसा लग जाता ट्रीटमेंट फिर भी नहीं हो पाता। सो पंचकर्मा उन्होंने लिए बहुत ही वधिया हैगा ये तुसी ट्रीटमेंट लै सकते हो। बाकी इन्हां दे सेंटर्स ने जिथे कि तुहाडे जिवें कि 31 ਸੈਂਟਰਸ ਨੇ ਪੰਚਕਰਮਾ ਜਿਹੜੀਆਂ ਇਨਡੋਰ ਹੋਰ ਵੀ ਐਕਟੀਵਿਟੀਜ਼ ਨੇ ਉਹ ਹਰ ਸੈਂਟਰ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਜਾਂ ਕੁਝ ਉਹਨਾਂ ਦੇ ਵਿੱਚ ਸਪੈਸ਼ਲ ਨੇ? ਨਹੀਂ ਦੇਖੋ ਜਿਹੜੇ ਪੰਚਕਰਮਾ ਵਿਧੀਆਂ ਨੇ ਇਹਦੇ ਵਾਸਤੇ ਬਹੁਤ ਵੱਡਾ ਇਨਫਰਾਸਟ੍ਰਕਚਰ ਔਰ ਟੈਕਨੋਲੋਜੀ ਚਾਹੀਦੀ ਹੈ ਕਰਨ ਵਾਸਤੇ ਚੰਗੇ ਤਰੀਕੇ ਦੇ ਨਾਲ। ਸਾਡੇ ਜਿਹੜੇ ਦੋ ਮੇਜਰ ਸੈਂਟਰਸ ਨੇ ਇੱਕ ਆਬੂਧਾਬੀ ਵਾਲਾ ਸੈਂਟਰ ਜਿਹੜਾ ਕਿ ਗਲਫ 'ਚ ਹੈ ਔਰ ਦੂਸਰਾ ਸਾਡਾ ਦਿੱਲੀ ਵਾਲਾ ਸੈਂਟਰ ਹੈ। ਇਹ ਦੋ ਮੇਜਰ ਸੈਂਟਰਸ ਨੇ ਜਿਨ੍ਹਾਂ 'ਚ ਪੰਚਕਰਮਾ ਅਵੇਲੇਬਲ ਹੈ। ਇੱਕ ਥਰਡ ਸੈਂਟਰ ਆਪਾਂ ਆਪਣੇ ਯੂਰੋਪੀਅਨ ਪੇਸ਼ੈਂਟਸ ਵਾਸਤੇ ਯੂਕਰੇਨ ਦੇ ਅੰਦਰ ਓਪਨ ਕਰਨ ਜਾ ਰਹੇ ਹਾਂ। ਅਦਰਵਾਈਜ਼ ਛੋਟੇ ਸੈਂਟਰਸ ਤਾਂ ਸਾਡੇ ਛੋਟੀ ਮੋਟੀ ਪੰਚਕਰਮਾ ਦੀ ਫੈਸਿਲਿਟੀਜ਼ ਸਾਡੇ ਕਾਫੀ ਸੈਂਟਰਸ 'ਤੇ ਅਵੇਲੇਬਲ ਨੇ ਲੇਕਿਨ ਇਨਡੋਰ ਫੈਸਿਲਿਟੀ ਸਾਡੀ ਜਾਂ ਤਾਂ ਜਿਹੜਾ ਸਾਡਾ ਆਬੂਧਾਬੀ ਵਾਲਾ ਸੈਂਟਰ ਹੈ ਉਹਦੇ 'ਚ ਜਾਂ ਜਿਹੜਾ ਸਾਡਾ ਸਭ ਤੋਂ ਮੇਜਰ ਵੱਡਾ ਸੈਂਟਰ ਹੈ ਉਹ ਦਿੱਲੀ ਹੈ ਉਹਦੇ ਅੰਦਰ ਅਵੇਲੇਬਲ ਹੈ। ਓਕੇ ਜੀ ਸੋ ਬਿਲਕੁਲ ਜੀ ਤੁਸੀਂ ਇੱਥੇ ਆ ਕੇ ਪੰਚਕਰਮਾ ਜਿਹੜਾ ਇਹ ਟ੍ਰੀਟਮੈਂਟ ਲੈ ਸਕਦੇ ਹੋ ਹੈਗੇ ਕਰਵਾ ਸਕਦੇ ਹੋ ਕੋਈ ਵੀ ਮੇਜਰ ਪ੍ਰੋਬਲਮ ਹੈ ਇਸ ਤੋਂ ਇਲਾਵਾ ਜੇਕਰ ਕੋਈ ਪ੍ਰੋਬਲਮ ਨਹੀਂ ਹੈਗੀ ਤਦ ਵੀ ਤੁਸੀਂ ਕਰਵਾ ਸਕਦੇ ਹੋ। ਅਤੇ ਕਿਉਂ ਕਰਵਾ ਸਕਦੇ ਜਿਨ੍ਹਾਂ ਲੋਕਾਂ ਨੂੰ ਪ੍ਰੋਬਲਮ ਨਹੀਂ ਹੋਏਗੀ ਉਹ ਸੋਚ ਰਹੇ ਹੋਣਗੇ ਕਿ ਸਾਡੀ ਹੈਲਥ ਤਾਂ ਠੀਕ ਹੈਗੀ ਆ ਅਸੀਂ ਕਿਉਂ ਵੀ ਮਤਲਬ ਕਿ ਪੰਚਕਰਮਾ ਕਰਵਾਈਏ ਕਿਉਂ ਅਸੀਂ ਹਨਾ ਜਾ ਕੇ ਪਹਿਲਾਂ ਸੈਂਟਰ ਦੇ ਵਿੱਚ ਜਾਵਾਂਗੇ ਉੱਥੇ ਕੁਝ ਟਾਈਮ ਲਗਾਵਾਂਗੇ ਆਪਣਾ ਸਾਡਾ ਟਾਈਮ ਵੀ ਵੇਸਟ ਹੋਏਗਾ ਕਿਉਂ ਕਰਾਵਾਂਗੇ ਕਿਉਂਕਿ ਆਲਮੋਸਟ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਲੋਕ ਪਹਿਲਾਂ ਇਹ ਸੋਚ ਲੈਂਦੇ ਨਹੀਂ ਜੀ ਉਹ ਈਵਨ ਇਹ ਵੀ ਕਿਹਾ ਜਾਂਦਾ ਕਿ ਜੇਕਰ ਆਪਾਂ ਉਹਨਾਂ ਨੂੰ ਟਿਪਸ ਵੀ ਦੇ ਦਈਏ ਨਾ ਤਾਂ ਤੁਸੀਂ ਸ਼ੁਰੂ ਤੋਂ ਇਹ ਥੋੜ੍ਹਾ ਜਿਹਾ ਟਿਪਸ ਲੈ ਕੇ ਚੱਲੋ ਠੀਕ ਹੈ ਉਹ ਕਹਿੰਦੇ ਕਿਉਂ ਜੀ ਅਸੀਂ ਕਿਉਂ ਕਰੀਏ ਇੱਦਾਂ ਅਸੀਂ ਤਾਂ ਬਿਲਕੁਲ ਠੀਕ ਹੈਗੇ ਹਾਂ ਬਿਲਕੁਲ ਇਹ ਬਿਲਕੁਲ ਨਾ ਸੋਚੋ ਅੱਜ ਥੋੜ੍ਹਾ ਜਿਹਾ ਉਹ ਵਾਲੇ ਪੇਸ਼ੈਂਟ ਨੂੰ ਸਮਝਾ ਦਿਓ ਤੁਸੀਂ ਕਿ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਫਿਰ ਉਹਨਾਂ ਨੂੰ ਪੰਚਕਰਮਾ ਕਿਉਂ ਲੈਣਾ ਚਾਹੀਦਾ। ਦੇਖੋ ਆਪਾਂ ਅਗਰ ਬਿਲਕੁਲ ਨੋਰਮਲ ਵੀ ਹਾਂ ਸਾਡੇ ਆਸ ਪਾਸ ਕਲਾਈਮੈਟਿਕ ਕੰਡੀਸ਼ਨਸ ਚੇਂਜ ਹੁੰਦੀਆਂ ਰਹਿੰਦੀਆਂ ਨੇ ਸਰਦੀਆਂ ਆਉਂਦੀਆਂ ਨੇ ਗਰਮੀਆਂ ਆਉਂਦੀਆਂ ਨੇ ਬਰਸਾਤ ਆਉਂਦੀ ਹੈ ਇਸ ਤੋਂ ਇਲਾਵਾ ਆਪਾਂ ਜਦੋਂ ਰੋਜ਼ਮਰ੍ਹਾ ਦੇ ਕੰਮ ਕਰਦੇ ਹਾਂ ਸਾਡੇ ਸਰੀਰ 'ਚ ਟੌਕਸਿਨਸ ਇਕੱਠੇ ਹੁੰਦੇ ਜਾਂਦੇ ਨੇ। ਮੈਂ ਇਹਦੇ 'ਚ ਬੰਦੇ ਨੂੰ ਇੱਕ ਕਾਰ ਦੀ ਇਗਜ਼ਾਮਪਲ ਦਿੰਦਾ ਹੁੰਦਾ ਵਾਂ। ਦੇਖੋ ਅੱਜ ਅਗਰ ਆਪਾਂ ਇੱਕ ਕਾਰ ਰੱਖੀ ਹੁੰਦੀ ਹੈ ਤਾਂ ਸਾਨੂੰ ਕਾਰ ਸੇਲ ਕਰਨ ਦੇ ਟਾਈਮ 'ਤੇ ਕੰਪਨੀ ਵਾਲੇ ਪਹਿਲਾਂ ਹੀ ਕਹਿ ਦਿੰਦੇ ਨੇ ਕਿ ਤੁਸੀਂ ਇੰਨੇ ਕਿਲੋਮੀਟਰਸ ਤੋਂ ਬਾਅਦ ਸਾਡੇ ਕੋਲ ਇਸ ਕਾਰ ਦੀ ਸਰਵਿਸ ਕਰਵਾਉਣ ਵਾਸਤੇ ਆਉਣਾ ਵਾ ਔਰ ਆਪਾਂ ਜਾਂਦੇ ਵੀ ਹਾਂ ਆਪਣਾ ਟਾਈਮ ਵੀ ਕੱਢਦੇ ਹਾਂ ਆਪਣੀ ਗੱਡੀ ਲੈ ਕੇ ਜਾਂਦੇ ਹਾਂ ਉਹਦੀ ਸਰਵਿਸ ਕਰਵਾਉਂਦੇ ਹਾਂ ਔਰ ਅਗਰ ਉਹ ਨਹੀਂ ਕਰਵਾਉਂਦੇ ਤਾਂ ਸਾਡੀ ਕਾਰ ਅੰਦਰ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਦੇਖੋ ਕਾਰ ਬਦਲੀ ਜਾ ਸਕਦੀ ਹੈ ਇੱਥੇ ਤਾਂ ਸਾਡੀ ਸਰੀਰ ਰੂਪੀ ਕਾਰ ਦੀ ਗੱਲ ਹੋ ਰਹੀ ਹੈ ਜਿਹੜੀ ਸਾਡੀ ਬੋਡੀ ਹੈ ਇਹਨੂੰ ਆਪਾਂ ਬਦਲ ਨਹੀਂ ਸਕਦੇ ਇਹ ਨਹੀਂ ਕਿ ਇਹ ਮਾਡਲ ਪੁਰਾਣਾ ਹੋ ਜਾਏਗਾ ਅਤੇ ਆਪਾਂ ਚੇਂਜ ਕਰ ਲਵਾਂਗੇ। ਬੋਡੀ ਦੇ ਅੰਦਰ ਵੀ ਜਦੋਂ ਸਾਰੇ ਦੇ ਸਾਰੇ ਡੇਲੀ ਮੈਟਾਬੋਲਿਕ ਐਕਟੀਵਿਟੀਜ਼ ਹੋ ਰਹੀਆਂ ਹੁੰਦੀਆਂ ਨੇ ਬੋਡੀ 'ਚ ਕਈ ਤਰ੍ਹਾਂ ਦੇ ਟੌਕਸਿਨਸ ਇਕੱਠੇ ਹੁੰਦੇ ਚਲੇ ਜਾਂਦੇ ਨੇ ਇਹੀ ਟੌਕਸਿਨਸ ਹੌਲੀ ਹੌਲੀ ਕਰਕੇ ਕਈ ਸਾਲਾਂ 'ਚ ਰੋਗ ਦਾ ਕਾਰਨ ਬਣ ਜਾਂਦੇ ਨੇ ਔਰ ਆਪਾਂ ਅਕਸਰ ਰੋਗ ਹੋਣ ਦੇ ਉੱਪਰ ਉਹਦਾ ਇਲਾਜ ਕਰਵਾਉਂਦੇ ਹਾਂ ਜਦਕਿ ਜਿਸ ਤਰ੍ਹਾਂ ਗੱਡੀ ਦੀ ਸਰਵਿਸ ਕਰਵਾਈ ਜਾਏ ਤਾਂ ਗੱਡੀ ਦੇ ਖਰਾਬ ਹੋਣ ਦੇ ਬੜੇ ਘੱਟ ਚਾਂਸਿਸ ਨੇ ਇਸੇ ਤਰੀਕੇ ਦੇ ਨਾਲ ਹੀ ਅਗਰ ਆਪਾਂ ਸਰੀਰ ਦੀ ਸਰਵਿਸਿੰਗ ਸਮੇਂ ਸਿਰ ਕਰਵਾਉਂਦੇ ਰਹੀਏ ਪੰਚਕਰਮਾ ਦੇ ਨਾਲ ਆਪਾਂ ਪ੍ਰੋਪਰ ਟੌਕਸਿਨਸ ਬੋਡੀ 'ਚੋਂ ਸਾਲ 'ਚ ਐਟਲੀਸਟ 2 ਵਾਰੀ ਨਿਕਲਵਾਉਂਦੇ ਰਹੀਏ ਸਾਨੂੰ ਰੋਗ ਹੋਣਗੇ ਹੀ ਨਹੀਂ। ਹੁਣ ਸਾਡੇ ਕੋਲ ਕਈ ਲੋਕ ਕਈ ਸਾਲਾਂ ਤੋਂ ਆਉਂਦੇ ਨੇ ਬਿਲਕੁਲ ਹੈਲਦੀ ਹੁੰਦੇ ਨੇ ਜੀ ਸਾਲ 'ਚ ਉਹਨਾਂ ਨੇ 2 ਵਾਰੀ ਆਉਣਾ ਹੀ ਆਉਣਾ ਵੈ ਆਪਣੀ ਡੀਟੌਕਸੀਫਿਕੇਸ਼ਨ ਕਰਵਾਉਣ ਵਾਸਤੇ ਹਫ਼ਤੇ ਵਾਸਤੇ ਰੁਕਦੇ ਨੇ 10 ਦਿਨ ਵਾਸਤੇ ਰੁਕਦੇ ਨੇ ਔਰ ਜਦੋਂ ਜਾਂਦੇ ਨੇ ਬਹੁਤ ਰੀਜੂਵੀਨੇਟ ਹੋ ਕੇ ਜਾਂਦੇ ਨੇ ਔਰ ਇਹ ਸਾਰੇ ਸਾਰੇ ਬੰਦੇ ਬਹੁਤ ਸਾਰੇ ਰੋਗਾਂ ਤੋਂ ਵੀ ਬਚੇ ਰਹਿੰਦੇ ਨੇ। ਇਸ ਕਰਕੇ ਅਗਰ ਇੱਕ ਬੰਦਾ ਹੈਲਦੀ ਹੈ ਉਹਦੇ ਵਾਸਤੇ ਤਾਂ ਪੰਚਕਰਮਾ ਕਰਵਾਉਣਾ ਹੋਰ ਵੀ ਬੈਟਰ ਹੈ ਕਿਉਂਕਿ ਗੱਡੀ ਦੀ ਸਰਵਿਸ ਕਰਵਾਉਣਾ ਜ਼ਿਆਦਾ ਬੈਟਰ ਹੈ ਗੱਡੀ ਨੂੰ ਖਰਾਬ ਹੋਣ ਦੇ ਉੱਪਰ ਬਾਅਦ 'ਚ ਉਹਨੂੰ ਠੀਕ ਕਰਵਾਉਣਾ।
सो बिल्कुल जी, ए हो जाता कि आम लोगों की भी आदत होंगी है कि चलो ठीक है छोटी मोटी कोई भी प्रॉब्लम हैगी असं इगनोर करते जाने, छोटिया मोटिया टैबलेट्स लै लिया चलो ठीक है, कोई दर्द भी हो तो पेन किलर लै ली तो चलो ठीक है, पर यह देखो कि बाद प्रॉब्लम जो बहुत ज़्यादा बढ़ जाती है फिर सूँ पता लगता है, ऑलमोस्ट यही हों व्डिया व्डिया बीमारियों का रीज़न यही हो जाता कि छोटे छोटे सिमटम्स जोड़े सूँ नज़र तो आते हैं पर असी उन्होंने इगनोर करते हैं। सो कल जिमें कि इन्होंने बहुत सही एग्जाम दी है कि गड्डी की सर्विस पहला करा लिए तो ज्यादा बैटर होएगा, इसे तरह कहते कि आप बाकी चीज़ों वाल ध्यान दें पर साड़ी सेहत जी साड़ी हैल्थ है सब नालों ज़्यादा इंपॉर्टेंट है, सो इस दा ध्यान रखना सब तो जरूरी है। सो तो उसी किसी भी तरह की कोई बीमारी तो ग्रस्त ना हो तो आड़ी हेल्थ जी है वह प्रॉपर तरीके ठीक रहे, इस दे पंचकर्मा स्टार्ट दे विच ही तुसी करा लोगे तो ज़्यादा वधिया होएगा। सो पंचकर्मा की गल की है नाल दी नाल होर भी जिहड़े ट्रीटमेंट दसे जा रहे हैं, जेकर तुसी स्टार्ट दे विच ही लै लोगे तो तुहानू किसी तरह की कोई भी बीमारी होएगी नहीं, जिवें कि असी पुराने समय दे विच देखदे सीगे लोकी अपनी हैल्थ वाल काफ़ी ज़्यादा ध्यान देंदे सी, उदों खाण पीन बहुत अच्छा हुंदा सीगा, प्योर सारियां चीज़ां मिलदियां सी जिस वजह कारण उन्हां दी उमरां भी बहुत लंबियां हुंदियां सी। सो अज दे टाइम दे विच असीं गल करिए ते कहा जांदा है कि 40-50 साल ही शायद एज वध तो वध रह गई हैगी है, 40-50 साल की एज ची कोई ना कोई इदां दी मेजर सानू बीमारी लग जाती हैगी है कि सानू पता ही नहीं हुंदा कि असीं किन्ने साल होर जीना है। सो इस दे लई बैटर हैगा है कि अपनी सेहत का पहला ही ध्यान रखो, अपनी हैल्थ वाल सब तो ज़्यादा ध्यान दो क्योंकि पैसे वापस आ जाएंगे हर चीज़ आ जाएंगी पर सेहत कभी वापस नहीं आएगी। सो सर जिवें कि असीं पंचकर्मा की गल की है, पंचकर्मा एक ही तरह का हुंदा है जां फिर ये भी अलग अलग पार्ट्स के विच अलग अलग तरह का हुंदा है? जिस तरह कि आप शुरू से थोड़ा जा ब्रीफ से गल की उदी ही अगर आप डिटेल से जाने हाँ, सब तो पहले मैं गल की वमन, वमन इज़ मेडिकेटेड एमेसिस, ये आप पेशेंट न खास तरीके वोमिटिंग्स करवाने, देखने जरूर ऑड लगता है कि एक ठीक ठाक बंद वोमिटिंग्स कराती जाने लेकिन वह बेनीफिट बहुत है। वमन है मनिया जाता है कि जो एक डॉक्टर की गाइडलाइनस के अंदर एक वमन कर्म कराया जाता तो बॉडी का जोड़ा अपर पार्ट है साडा पेट तो उपरला हिस्सा उन्होंने सारे डिटॉक्सीफाई कर देता वै, आयुर्वेद वात पित्त कफ के अनुसार आप चलते हैं तो यह मनिया जाता है कि कफ तो होने वाले सारे रोगों दूर करता वै, जिमें कि किसी अगर अस्थमा होने के चांसिज ने, किसी बंद क्रोनिक साइनोसाइटिस रह रहा वै, किसी स्किन के कफज रोग ने, बड़ा फायदा करता वे। दूजा विरेचन आ जाता जी, विरेचन जिन्हों की मेडिकेटेड परगेशन क्या वै, ये आप एक खास तरीके पेशेंट को लूज मोशनस करवाने। थर्ड आ जाता है अनुवासन और अस्थापन वस्ती, मेडिकेटेड एनीमास बहुत वधिया ने, वायु वाले रोग न्यूरो न्यूरो प्रॉब्लम जिहड़ियां ने इन्हां नूं कवर करन वास्ते। इस तों बाद नसे करम जिहदे च कि नोज़ दे अंदर खास मेडिसिनस पाईआं जांदियां ने, माइग्रेन साइनोसाइटिस मैमरी लॉस पार्किंसनस डिप्रैशन इहदे च बहुत फायदा करदा वै। और लास्ट आ जाता है रक्त मोक्षण जिहदे च आपां बॉडी चों लीच थैरेपी या होर मैथड्स राहीं दूषित रक्त नूं बाहर कढ़दे आ जी। सो बिल्कुल जी, अज्ज दे शो दे विच असीं पंचकर्मा बारे गलबात कीती है, जेकर मेजर तो मेजर प्रॉब्लम भी हैगी कैंसर वर्गी बीमारी भी हैगी है तद भी तुसीं पंचकर्मा लै सकते हो, इस तों अलावा जेकर कोई प्रॉब्लम नहीं भी हैगी तद भी लै सकते हो। दिल्ली दे विच बहुत वड्डा सेंटर है, बहुत वड्डे एरिया दे विच पूरा सैटअप किया गया जिते कि इनडोर जी सारी एक्टिविटीज़ करवाइया जांदियां ने, तुसीं इत्थे पहुँच सकते हो, तुहाडे अपने रिलेटिव भी इत्थे रहिंदे होणगे जिन्हां नूं कोई ना कोई प्रॉब्लम होएगी, बहुत सारे ट्रीटमेंट लए ने इलाज हो नहीं पा रहा तो तद भी तुसीं विजिट कर सकते हो। बाकी जेकर तुसीं आना है, जेकर तुहानूं लगता है कि कोई प्रॉब्लम नहीं भी है, तुहाडी सेहत ठीक भी है, यह हमेशा दे लई ठीक रहे तद भी तुसीं पंचकर्मा लै सकते हो। सो अज दे शो दे विच चाहे असीं पंचकर्मा बारे गलबात की है पर होर कोई भी बीमारी हैगी है किसी तरह की छोटी तो लैके वड्डी तक कोई भी मेजर बीमारी भी हैगी है, क्योंकि डॉक्टर नवदीप शर्मा जी 21 सालों तो मेन क्रिटिकल डिसीज जड़िया ने उहदे लई जाने जांदे ने, उहनां दा ट्रीटमेंट ही करते ने। सो तुसीं पहुँच सकते हो इन्हां दे तक, ते इहदे लई तुहानूं नंबर डायल करने होणगे जो कि तुहाडी टीवी स्क्रीन ते फ्लैश हो रहे ने, इन्हां नंबर ते कॉल करो, बाकी इन्हां दे सेंटर्स दे विच विजिट करो। सो थैंक यू सो मच सर, ये सारी इंफॉर्मेशन साडी ऑडियंस दे नाल शेयर करो। आज साडे नाल हन विश्व प्रसिद्ध आयुर्वेदिक चिकित्सक डॉक्टर नवदीप शर्मा, जिन्हां दे योगदान नाल विश्व भर विच किडनी, हेपेटाइटिस, HIV अते कई होर खतरनाक बीमारियां नाल लड़ रहे लोकां नूं इन्हां बीमारियां नाल लड़न दी उम्मीद मिली
ਅਤੇ ਲੱਖਾਂ ਲੋਕ ਇਹਨਾਂ ਲਾਇਲਾਜ ਬਿਮਾਰੀਆਂ ਤੋਂ ਰਾਹਤ ਪਾ ਰਹੇ ਹਨ। ਇਹ ਇੱਕ ਪੰਚਕਰਮਾ ਆਯੁਰਵੇਦ ਦੀ ਅਜਿਹੀ ਚਿਕਿਤਸਾ ਹੈ ਜਿਸ ਨੂੰ ਸ਼ੋਧਨ ਚਿਕਿਤਸਾ ਵੀ ਕਿਹਾ ਜਾਂਦਾ ਹੈ, ਜਿਸ ਚਿਕਿਤਸਾ ਨਾਲ ਸਰੀਰ ਵਿੱਚੋਂ ਦੋਸ਼ਾਂ ਤੇ ਰੋਗਾਂ ਨੂੰ ਜੜ ਤੋਂ ਕੱਟਿਆ ਜਾਂਦਾ ਹੈ। ਇਸ ਵਿੱਚ ਸਾਡੇ ਦਿੱਲੀ ਸਥਿਤ ਡਾਕਟਰ ਨਵਦੀਪ ਸ਼ਰਮਾ ਦੀ ਅਗਵਾਈ ਵਿੱਚ ਚੱਲ ਰਹੇ ਐਂਡੀ ਕੇਅਰ ਨਿਰੋਗਮ ਪੰਚਕਰਮਾ ਸੈਂਟਰ ਵਿੱਚ ਹੇਠ ਲਿਖੇ ਵਿਸ਼ਿਆਂ ਨਾਲ ਇਹਨਾਂ ਖਤਰਨਾਕ ਬਿਮਾਰੀਆਂ ਨੂੰ ਸਰੀਰ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ।